ਹਾਂਜੀ ਕੀ ਹਾਲ ਚਾਲ ਆ ਸਾਰੇ ਮਿੱਤਰਾਂ ਦਾ ਹਾਂਜੀ ਆਪਾਂ ਕਰਦੇ ਆ ਜੀ ਬਲੌਗ ਸਟਾਰਟ ਚੱਲੇ ਆ ਜੀ ਆਪਾਂ ਅੱਗੇ ਲੌਂਗ ਰੋਡ ਤੇ ਇਹ ਹੈਗਾ ਜੀ ਸੈਕੰਡ ਪਾਰਟ ਬਲੌਗ ਦਾ ਤੇ ਆਪਾਂ ਹੁਣ ਨਿਕਲ ਚੱਲੇ ਆ ਜੀ ਅੱਗੇ 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 ਚੱਲਦੇ ਆ ਤੁਹਾਨੂੰ ਦਿਖਾਣੇ ਆ ਅੱਗੇ ਦਾ ਟੂਰ ਤੇ ਹੁਣ ਚੜਨਾ ਆਪਾਂ ਅੱਗੇ ਜੀਟੀ ਰੋਡ ਤੇ ਫਿਰ ਲੰਬੇ ਰੋਡ ਤੇ ਬਹਿਣਾ ਪੈਣਾ ਆਪਾਂ ਨੂੰ ਦੋ ਤਿੰਨ ਘੰਟੇ ਫਿਰ ਉਸ ਤੋਂ ਬਾਅਦ ਆਪਾਂ ਇੰਡੈਸਟੀਨੇਸ਼ਨ ਆਣੀ ਐ ਸਮਾਨ ਆਪਾਂ ਉੱਥੇ ਉਤਾਰ ਕੇ ਫਿਰ ਆਪਾਂ ਵਾਪਸੀ ਕਰਨੀ ਐ ਫਿਰ ਮਾਰਨਿੰਗ ਟਾਈਮ ਤੁਹਾਨੂੰ ਵਧੀਆ-ਵਧੀਆ ਵੀਊ ਮਿਊ ਵੀਊ ਮਿਲੋਗੇ ਤੁਸੀਂ ਦੇਖਦੇ ਰਹੋ ਅੱਗੇ-ਅੱਗੇ ਕਰਦੇ ਰਹੋ ਇੰਜੋਏ ਆਪਾਂ ਅੱਗੇ-ਅੱਗੇ ਕਰਦੇ ਆ ਗੱਲਾਂ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਤੇ ਆਪਾਂ ਲੋਡ ਆਪਾਂ ਇੱਥੇ ਲਾਤਿਆ ਜੀ ਹੁਣ ਆਪਾਂ ਚੱਲੇ ਆਂ ਅੱਗੇ ਫੇਰ ਕਰਦੇ ਆਂ ਆਪਾਂ ਅੱਗੇ ਗੱਲਾਂ ਹੁਣ ਆਪਾਂ ਜੀ ਫੇਰ ਸਿਟੀ ਨੂੰ ਲੰਘਣਾ ਤੇ ਤੇ ਹੁਣ ਸ ਆਪਾਂ ਸਿਟੀ ਦੇ ਰੋਡਾਂ ਚੋਂ ਜਾ ਰਹੇ ਆ ਤੇ ਰਾਤ ਹੋਈ ਵੀ ਐ ਰਾਤ ਦੇ 1 ਵਜ ਗਿਆ ਸਾਰੇ ਲੋਕੀ ਸੁੱਤੇ ਪਏ ਆਪਾਂ ਕੰਮਤੇ ਆ ਜੀ ਕੰਮ ਤਾਂ ਕਰਨਾ ਪੈਣਾ ਕੰਮ ਤੇ ਬਿਨਾ ਕੋਈ ਜ਼ਿੰਦਗੀ ਨਹੀਂ ਆਪਣੀ ਜ਼ਿੰਦਗੀ ਇਦਾਂ ਹੀ ਚੱਲਦੀ ਰਹਿੰਦੀ ਐ ਤੇ ਆਪਾਂ ਹੁਣ ਜਾ ਰਹੇ ਆ ਸ਼ਹਿਰ ਚੋਂ ਸ਼ਹਿਰ ਵਾਸ ਖਤਮ ਹੋਣੇ ਵਾਲਾ ਜੱਗ ਅੱਗੇ ਪਿੰਡ ਦਾ ਏਰੀਆ ਸ਼ੁਰੂ ਹੋਣਾ ਹੁਣ ਤੇ ਆਪਾਂ ਪਿੰਡ ਤੋਂ ਜਾ ਕੇ ਥੋੜਾ ਫਿਰ ਸ਼ਹਿਰ 'ਚ ਐਂਟਰ ਹੋਣਾ ਨਹੀਂ ਅੱਗੇ ਹੀ ਅੱਗੇ ਪਿੰਡਾਂ ਦਾ ਏਰੀਆ ਤੇ ਆਪਾਂ ਹੁਣ ਨਿਕਲ ਰਹੇ ਹਾਂ ਇੱਥੇ ਹੁਣ ਆਪਾਂ ਅੱਗੇ ਜਾ ਕੇ ਯੂ-ਟਰਨ ਮਾਰ ਕੇ ਫੇਰ ਆਪਾਂ ਸ਼ਹਿਰ 'ਚ ਆਣਾ ਥੋੜਾ ਉੱਥੇ ਆਪਣਾ ਇੱਕ ਤੋਂ ਕਸਟਮਰ ਹੈ ਜੀ ਉਹਨੂੰ ਆਪਾਂ ਸਮਾਨ ਦੇ ਕੇ ਫਿਰ ਆਪਾਂ ਨਿਕਲਣਾ ਜੀਟੀ ਰੋਡ ਵੱਲ ਤੇ ਫਿਰ ਆਪਣਾ ਲੰਬਾ ਰੂਟ ਹੋਣਾਗਾ ਫਿਰ ਆਪਾਂ 3-4 ਘੰਟੇ ਡਰਾਈਵ ਐ ਤੇ ਆਪਾਂ 3-4 ਘੰਟੇ ਡਰਾਈਵ ਕਰਨਾ ਟਰੱਕ ਉਥੇ ਬਾਅਦ ਫਿਰ ਉਥੇ ਆਪਾਂ ਲੋਡ ਤਾਰ ਕੇ ਤੇ ਆਪਸੀ ਦਾ ਲੋਡ ਛੱਕ ਕੇ ਫਿਰ ਆਪਾਂ ਫਿਰ ਵਾਪਸੀ ਕਰਨੀ ਹੈ ਸ਼ਹਿਰ ਨੂੰ ਹੁਣ ਚੱਲ ਰਹੀ ਹੈ ਜੀ ਆਪਾਂ ਆਪਣੇ ਕਸਟਮਰ ਵੱਲ ਨੂੰ ਉੱਥੇ ਲੋਡ ਦੇ ਕੇ ਫਿਰ ਆਪਾਂ ਨਿਕਲਣਾ ਅੱਗੇ ਤੁਸੀਂ ਕਰਦੇ ਰਹੋ ਹੁਣ ਥੋੜਾ ਵਿਊ ਇੰਜੋਏ ਆਪਾਂ ਮਾਰਦੇ ਆਂ ਦੇ ਨਾਂ ਨਾ ਥੋੜੇ ਨੰਗ ਗੱਲਾਂ ਬਸ ਯਾਪਾਂ ਸ਼ੈਰ ਸੈਂਟਰ ਹੋ ਗਈ ਹੈ ਇਹ ਸ਼ੈਨੂ ਰੋਡ ਜਾਂਦਾ ਸਿੱਧਾ ਤੇ ਸਾਈਡ ਤੇ ਹੈਗੀ ਹੈ ਲੈਫਟ ਤੇ ਹੈਗੀ ਹੈ ਫੋੜਾਂ ਦੀ ਏਜੰਸੀ ਤੇ ਰਾਈਟ ਸਾਈਡ ਤੇ ਹੈਗੇ ਆ ਫਾਈਵ ਸਟਾਰ ਹੋਟਲ तो अगे जाके आ गया जी अपना शॉपिंग सेंटर है बस शहर से सारा कुछ पन अगे फैसिलिटिया आप मिल मिलदिया इतने तो हूँ आ गया जी मैकी अगे है जी पट गैस स्टेशन शहर से है भी सारी रात थो फैसिलिटी मिली कोई एमरजेंसी ਰਾਈਟ ਸਾਈਡ ਤੇ ਆ ਗਈ ਹੈ ਜੀ ਮਿਨੀ ਕੁਪਰ ਤੇ BMW ਦੀ ਏਜੰਸੀ ਥੋੜਾ ਅੱਗੇ ਜਾ ਕੇ ਫਿਰ ਆਪਣਾ ਹੈ ਜੀ ਫਿਰ ਆਪਾਂ ਲੋਡ ਉਤਾਰਨਾ ਲੋਡ ਉਤਾਰ ਕੇ ਫਿਰ ਆਪਾਂ ਚੱਲਦੇ ਹਾਂ ਜੀ ਅੱਗੇ ਮਾਰਦੇ ਹਾਂ ਤੁਹਾਡੇ ਨਾਲ ਫੇਰ ਗੱਲਾਂ ਤੁਸੀਂ ਕਰਦੇ ਰਹੋ ਰਾਤ ਦਾ 뷰 ਇੰਜੋਏ ਬਸ ਥੋੜਾ ਟਾਈਮ ਫਿਰ ਆਪਾਂ ਚੜ ਜਣਾ ਜੀਟੀ ਰੋਡ ਤੇ ਜੀ ਫਿਰ ਆਪਣਾ ਲੰਬਾ ਹੈਗਾ ਰੂਟ ਹੁੰ ਜਾ ਰਹੇ ਆ ਜੀ ਆਪਾਂ ਸ਼ਹਿਰ ਤੋਂ ਲਾਈਟਾਂ ਸਾਰੀਆਂ ਓਪਨ ਹੋਈ ਵੀ ਨਹੀਂ ਆਪਾਂ ਨੂੰ ਦੇਖ ਕੇ ਚੱਲਣਾ ਪੈਂਦਾ ਜਦੋਂ ਕੋਈ ਤੁਰਨੇ ਆਲਾ ਹੁੰਦਾ ਤੇ ਆਪਣਾ ਫਰਜ਼ ਬੰਦਾ ਆਪਾਂ ਰੁੱਕ ਕੇ ਉਹਨਾਂ ਨੂੰ ਭੇਜੀਏ ਕਿ ਸੇਫਟੀ ਆਪਣੇ ਹੱਥ 'ਚ ਹੈ ਹਮੇਸ਼ਾ ਸਲੋ ਚੱਲਣਾ ਚਾਹੀਦਾ ਹਮੇਸ਼ਾ ਆਪਣੀ ਸੇਫਟੀ ਆਪਣੇ ਹੱਥ ਹੁੰਦੀ ਹੈ ਜਲਦਬਾਜ਼ੀ 'ਚ ਤਾਂ ਪੰਗੇ ਹੀ ਪੈਂਦੇ ਆ ਇਸ ਤੋਂ ਵਧੀਆ ਬੰਦਾ ਸਲੋ ਚੱਲੇ ਸੇਫ ਚੱਲੇ ਇੱਥੇ ਆਪਾਂ ਥੋੜਾ ਜਿਹਾ ਲੋਡ ਤਾਰਨਾ ਤੇ ਥੋੜਾ ਲੋਡ ਤਾਰ ਕੇ ਆਪਾਂ ਫੇ ਅੱਗੇ ਆਪਾਂ ਚੱਲਦੇ ਹਾਂ ਇੱਥੇ ਥੋੜਾ ਟਾਈਮ ਲੱਗਣਾ ਇਹ ਲੋਡ ਹੈਗਾ ਉਹਨੇ ਆਣਾ ਹੈ ਤੇ ਉਹਨੇ ਲੋਡ ਲੈਣਾ ਫੇ ਆਪਾਂ ਲੋਡ ਦੇ ਕੇ ਉਹਨੂੰ ਫੇ ਚੱਲਦੇ ਹਾਂ ਆਪਾਂ ਅੱਗੇ ਤੇ ਇਸ ਬਲੌਕ ਚ ਆਪਾਂ ਨੇ ਤੁਹਾਨੂੰ ਦਿਖਾਉਣਾ ਆਪਾਂ ਨੇ ਵਾਪਸੀ ਤੇ ਵਾਪਸੀ ਵੇਲੇ ਮਾਰਨਿੰਗ ਟਾਈਮ ਹੋਣਾ ਆਪਣਾ ਮਾਰਨਿੰਗ ਟਾਈਮ ਚ ਫੇ ਮਾਊਂਟੇਨਸ ਦੇ 뷰 ਵਗੈਰਾ ਸਭ ਕੁਝ ਸਾਨੂੰ ਬੱਧੀਆ ਦੇਖਣ ਨੂੰ ਮਿਲਣੇ ਅੱਗੇ ਤੱਕ ਦੇਖਦੇ ਰਹੋ ਕਰਦੇ ਰਹੋ ਇੰਜੋਏ ਤੇਰੇ ਨਾਮ ਮਾਰਦੇ ਰਹਿੰਦੇ ਆਪਾਂ ਅੱਗੇ ਕੀ ਕਰਾਂ ਤੁਸੀਂ ਕਰੋ ਵੀਡੀਓ ਦਾ ਇੰਜੋਏ ਫੇ ਮਿਲਦੇ ਆਗੇ ਲੋੜ ਆਪਾਂ ਤਰਦੇ ਜੀ ਉੱਥੋਂ ਹੋ ਗਏ ਆਪਾਂ ਵਿਲੇ ਤੇ ਨਿਕਾ ਗਏ ਆਪਾਂ ਅੱਗੇ ਆਪਣੇ ਸਫ਼ਰ ਤੇ ਤੇ ਕਰਦੇ ਆ ਅੱਗੇ ਦਾ ਸਫ਼ਰ ਆਪਾਂ ਜੀ ਹੁਣ ਜਿੜੀ ਰੋਡ ਤੇ ਆ ਤੇ ਆਪਣੀ ਡਰਾਈਵ ਹੈਗੀ ਹੁਣ 4 4 ਘੰਟੇ ਡਰਾਈਵ ਹੈਗੀ ਅੱਗੇ ਤੇ ਆਪਾਂ ਫਿਰ ਉੱਥੇ ਲੋਡ ਆ ਫਾਈਨਲ ਲੋਡ ਤਾਰ ਕੇ ਤੇ ਨਿਊ ਲੋਡ ਚੱਕਣਾ ਆਪਾਂ ਵਾਪਸੀ ਦਾ ਤੇ ਵਾਪਸੀ ਆਪਾਂ ਨਹੀਂ ਕਰਨੀ ਹੈਗੀ ਦਾ ਮਾਰਨਿੰਗ ਟਾਈਮ ਤੇ ਇਹ ਹੁਣ ਥੋੜਾ ਥੋੜਾ ਚਾਨਣਾ ਹੋਣ ਲੱਗ ਗਿਆ ਮਾਰਨਿੰਗ ਹੋਣ ਲੱਗੀ ਹੈ 4 ਵਜੇ ਸਵੇਰ ਦੇ सामने आ गया जी अपना टोल टैक्स निकलते हैं जी अपना टोल टैक्स बिचों अपने को अपना अपने है ईयरली आप पे करते हैं तो अपने ऑटोमैटिक गेट खोल लेने अपने तो निकलते हैं जी अपना टोल टैक्स देखकर गल् करते दे हैं जी अगे अगर ਇਹਦਾ ਜੀ ਆਪਾਂ ਹੁਣ ਰਹਿੰਦੇ ਆਪਾਂ ਆਸਟਰੀਆ 'ਚ ਜੇ ਤੁਹਾਨੂੰ ਆਸਟਰੀਆ ਬਸਤੇ ਕੋਈ ਇਨਫੋਰਮੇਸ਼ਨ ਚਾਹੀਦੀ ਆ ਤਾਂ ਮੈਨੂੰ ਕਮੈਂਟ ਵਿੱਚ ਲਿਖ ਕੇ ਦੱਸ ਸਕਦੇ ਆ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਇੱਥੇ ਆਉਣ ਵਾਸਤੇ ਜਾਂ ਤੁਸੀਂ ਇੱਥੇ ਰਹਿੰਦੇ ਆ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੇ ਤੁਸੀਂ ਮੈਨੂੰ ਲਿਖ ਸਕਦੇ ਆ ਕਮੈਂਟ ਵਿੱਚ ਤੇ ਪੁੱਛ ਸਕਦੇ ਆ ਜੋ ਵੀ ਤੁਹਾਡਾ ਦਿਲ ਹੋਵੇ ਤੇ ਸਾਹਮਣੇ ਆ ਗਈ ਜੀ ਹੁਣ ਮਾਊਂਟੇਨਸ ਉਹ ਮਾਰਨਿੰਗ ਪੂਰੀ ਹੋ ਗਈ ਹੈ ਤੇ ਤੁਸੀਂ ਕਰੋ ਮਾਊਂਟਨਸ ਦਾ ਇੰਜੋਏ ਫੇ ਕਰਦਿਆਂ ਜੀ ਆਪਾਂ ਕਿੱ ਆ ਕੀ ਕਰਨਾ ਮਿਲਦਿਆਂ ਜੀ ਆ ਕੀ ਤੇ ਆਪਣੀ ਵਾਪਸੀ ਦਾ ਫੇਰ ਰੂਟ ਲੰਬਾ ਹੈ ਆਪਣਾ ਰੋਡ ਤੇ ਬੈਠੇ ਆ ਆਪਾਂ ਬਸ ਚੱਲੀ ਆ ਰਹੇ ਆ ਟਰੱਕ ਚ ਆਪਣੀ ਬੱਸ ਰੋੜਾ ਨਾਲ ਜਾ ਰਹੀ ਹੈ ਆਪਾਂ ਬਸ ਲੌਂਗ ਰੂਟ ਤੇ ਬੈਠ ਜੀ ਦਾ ਲਾ ਕੇ ਟਰੱਕ ਨੂੰ ਇਸ ਨਾਲ ਆਪਣਾ ਟਾਈਮ ਪਾਸ ਹੋ ਜਾਂਦਾ ਤੁਹਾਡੇ ਨਾਲ ਗੱਲਾਂ ਮਾਰ ਲੀਦੀਆਂ ਤੁਹਾਨੂੰ ਵੀਊ ਦਿਖਾ ਲਈਦਾ ਖੁਦ ਘੁੰਮ ਲਈਦਾ ਹੁਣ ਅੱਗੇ ਆਗੇ ਜੀ ਪਹਾੜੀ ਏਰੀਆ ਤੇ ਇੱਥੇ ਸਾਰੇ ਮਾਊਂਟੇਨਸ ਐ ਪਹਾੜਾ ਐ ਸਾਰੇ ਤੇ ਇਹਨਾਂ ਤੇ ਹਜੇ ਬਰਫ਼ ਹੈਗੀ ਐ ਤੇ ਇਹਨਾਂ ਤੇ ਰਹਿੰਦੀ ਰਹਿੰਦੀ ਕਿਉਂਕਿ ਇੱਥੇ ਸਕੀ ਫਾਰਮ ਕਰਦੇ ਐ ਬਰਫ਼ਾਂ ਤੇ ਜਿਹੜੀ ਆਪਣੇ ਇਹ ਹੋਸਟਲ ਲੋਕ ਜਾ ਤਾਂ ਪਸੰਦ ਕਰਦੇ ਆਂ ਇਹ ਪਹਾੜਾਂ ਤੇ ਆਪਾਂ ਜਾ ਰਹੇ ਆ ਜੀ ਹੁਣ ਸ਼ਹਿਰ ਵੱਲੋਂ ਹੁਣ ਆਪਾਂ ਨੂੰ ਥੋੜੀ ਥੋੜੀ ਟ੍ਰੈਫਿਕ ਮਿਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਹੁਣ 6 ਵਜੇ 7 ਵਜੇ ਲੋਕ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਗਏ ਤੁਸੀਂ ਕਰਦੇ ਰਹੋ ਵੀਓ ਇੰਜੋਏ ਤੇ ਆਪਾਂ ਨਾ ਨਾ ਤੁਹਾਡੇ ਨਾਲ ਮਾਰਦੇ ਰਹਿਣੇ ਗੱਲਾਂ ਤੁਸੀਂ ਸਾਡੇ ਚੈਨਲ ਨੂੰ ਪਸੰਦ ਕਰਦੇ ਆਂ ਲਾਈਕ ਕਰਦੇ ਆਂ ਤੇ ਦੇਖਦੇ ਆਂ ਥੋੜਾ ਦਿলো ਧੰਨਵਾਦ ਐਦਾਂ ਹੀ ਸਪੋਰਟ ਕਰਦੇ ਰਹੋ ਸਾਨੂੰ ਤੇ ਆਪਾਂ ਤੁਹਾਡੇ ਵਾਸਤੇ ਐਦਾਂ ਹੀ ਨਵੀਂ-ਨਵੀਆਂ ਵੀਡੀਓ ਲਿਆਉਂਦਾ ਰਹਾਂਗੇ ਤੁਸੀਂ ਕਰਦੇ ਰਹੋ ਇੰਜੋਏ ਫੇਰ ਮਿਲਦੇ ਆਂ ਆਪਾਂ ਥੋੜਾ ਅੱਗੇ ਜਾ ਕੇ ਹਾਂਜੀ ਹੁਣ ਪੂਰਾ ਚੰਨਾ ਹੋ ਗਿਆ ਸਵੇਰ ਹੋ ਗਈ ਹੈ ਪੂਰੀ ਤੇ ਆਪਾਂ ਹੁਣ ਵਾਪਸੀ ਕਰ ਰਹੇ ਆ ਘਰ ਨੂੰ ਲੋੜ ਆਪਾ ਤਾਰਤੇ ਜੀ ਨਵਾਂ ਰੋਡ ਚੱਕ ਲਿਆ ਆਪਾਂ ਤੇ ਹੁਣ ਬਸ ਹੁਣ ਜਾ ਰਹੇ ਆ ਆਪਾਂ ਵਾਪਸੀ ਤੇ ਕੱਲ ਹੈ ਆਪਣੀ ਛੁੱਟੀ ਤੇ ਕੱਲ ਆਪਾਂ ਘੁੰਮਣ ਜਾਣਾ ਤੁਹਾਨੂੰ ਦਿਖਾਵਾਂਗੇ ਨਵਾਂ ਬਲੌਗ ਤੇ ਸਾਡੀ ਲਾਈਫ ਤਾਂ ਇਦਾਂ ਦੀ ਏ ਤੁਹਾਡੇ ਸਾਹਮਣੇ ਹੀ ਕੰਮ ਕਰ ਘਰ ਕੰਮ ਆਪਣਾ ਤਾਂ ਇਹੀ ਚੱਲਦਾ ਰਹਿੰਦਾ ਜੀ ਇਹ ਹੀ ਆਪਣੀ ਜ਼ਿੰਦਗੀ ਹੈ यही अपनी रोजी रोटी तो हूँ आप टनल टनल लंघ रहे आप सामने आ रहे चोटा अगे अगे माउंटेनज आने तुम करो माउंटेनज का इंजॉय थोड़ी थोड़ी स्नो पे भी है हूँ हूँ बस सोमा सोमा आने वाली है हूँ अगे अगे हूँ ਜੁੜੀ ਹੋਸ ਪਹਾੜਾਂ ਤੇ ਰਹਿ ਗਈ ਹੈ ਬਰਫ਼ ਸਟ੍ਰੀਟਸ ਵਗੈਰਾ ਤੇ ਸੜਕਾਂ ਸੜਕਾਂ ਤੇ ਤਾਂ ਸਾਫ਼ ਹੈ ਸਾਰਾ ਕੁਝ ਤੇ ਇੱਥੇ ਵੈਦ ਦਾ ਕੁਝ ਪਤਾ ਨਹੀਂ ਹੁੰਦਾ 2 ਮਿੰਟ ਲੱਗਦੇ ਆ ਚੇਂਜ ਹੋਣ ਨੂੰ ਕਦ ਮੀਂਹ ਪੈਣ ਲੱਗਿਆ ਕਦ ਬਰ ਪੈਣ ਲੱਗੀ ਕੁਛ ਨਹੀਂ ਪੱਜ ਚੱਲਦਾ ਤੇ ਸਾਹਮਣੇ ਦੇਖੋ ਤੁਸੀਂ ਪਹਾੜਾਂ ਦਾ 뷰 ਅੱਗੇ ਆ ਰਹੀਆਂ ਜੀ ਪਹਾੜੀਆਂ ਤੇ ਮਨ ਦਾ ਥੋੜਾ ਸਨੀ ਦੇ ਹੋਣਾ ਅੱਜ ਥੋੜਾ ਮਾਊਂਟਨਸ ਵਗੈਰਾ ਤੇ ਸੂਰਜ ਚੜ੍ਹੇ ਨਿਕਲੇ ਅੱਜ ਇਹ ਸੂਰਜ ਨਿਕਲਦਾ ਤਾਂ ਵਧੀਆ ਵੀ ਹੁੰਦਾ ਜਦੋਂ ਸੂਰਜ ਦੀ ਲਾਈਟ ਪੈਂਦੀ ਹੈ ਪਹਾੜਾਂ ਦੇ ਉਦੋਂ ਦੇਖਣ ਵਾਲੀ ਗੱਲ ਚੀਜ਼ ਹੁੰਦੀ ਹੈ ਅੱਗੇ-ਅੱਗੇ ਦੇਖਦੇ ਹਾਂ ਮੌਸਮ ਨਿਕਰੂਗਾ ਸ਼ਾਇਦ ਟਕੇਗੇ ਹੋ ਟਨਲ ਆਪਣੀ ਤੇ ਆਪਾਂ ਹੁਣ ਟਨਲ ਚ ਐਂਟਰ ਹੋਣ ਲੱਗੇ ਆਂ ਇਹ ਸਾਰੀਆਂ ਟਨਲ ਇਹਨਾਂ ਨੇ ਮਾਊਂਟਨਸ ਦੇ ਵਿੱਚ ਮੁਣ ਆਈ ਵੀ ਇਹ ਸਾਰੀਆਂ ਮਾਊਂਟੇਨ ਉੱਪਰ ਮਾਊਂਟੇਨ ਦੇ ਥੱਲੇ ਰੋਡ ਟਨਲ ਵਿੱਚ ਪੂਰੀ ਫੈਸਿਲਿਟੀ ਦੀ ਹੁੰਦੀ ਹੈ ਉਹਨਾਂ ਨੇ ਫੋਨ ਬੂਥ ਵਗੈਰਾ ਲਗਾ ਕੇ ਰੱਖੇ ਕਿਉਂਦੇ ਐਮਰਜੈਂਸੀ ਜੇ ਕੋਈ ਗੱਡੀ ਕੋਡੀ ਖਰਾਬ ਹੋ ਜੇ ਵਿੱਚ ਤੇ ਸਾਰਾ ਕੁਝ ਸੇਫਟੀ ਪਰਪਸ ਵਾਸਤੇ ਪੂਰਾ ਰੱਖਦੇ ਆ ਇਹ ਸਾਹਮਣੇ ਜਾ ਰਹੀ ਹੈ ਫਾਇਰ ਗ੍ਰੀਡ ਦੀ ਗੱਡੀ ਤੇ ਆਪਾਂ ਨਿਕਲ ਗਏ ਹਾਂ ਟਨਲ ਵਿੱਚੋਂ ਹੀ ਹੁਣ ਆਪਾਂ ਜਾ ਰਹੇ ਹਾਂ ਕਿ ਤੇ ਆਪਣੀ 1 ਆਵਰ ਦੀ ਡਰਾਈਵ ਰਹਿ ਗਈ ਹੈ ਅੱਗੇ ਸਿਟੀ ਤੱਕ ਤੇ ਤੁਸੀਂ ਸਾਹਮਣੇ ਦੇਖੋ 뷰 ਮਾਊਂਟਨਸ ਦੇ ਸੂਰਜ ਨਿਕਲੇ ਹੈ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਪਹਾੜਾਂ ਤੇ ਸਾਹਮਣੇ ਦੇਖੋ ਕਿੰਨਾ ਜ਼ਬਰਦਸਤ 뷰 ਆ ਰਿਹਾ ਅੱਜ ਹੈਗਾ ਸਨੀਡੇ ਤੇ ਆਪਣਾ ਹੁਣ ਟੂਰ 1 ਆਵਰ ਦਾ ਟੂਰ ਹੈਂਦਾ ਆਪਾਂ ਸਿਟੀ ਸੈਂਟਰ ਹੁਣ ਫਿਰ ਆਪਾਂ ਜਾ ਕੇ ਕਰਨੀ ਹੈ ਰੈਸਟ ਫਿਰ ਰਾਤੀ ਉੱਠਣਾ ਆਪਾਂ ਵੀਰ ਦੇਖਦੇ ਆਪਾਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਉਂਦੇ ਅੱਜ ਤੁਹਾਨੂੰ ਦਿਖਾਨੇ ਬਣਾਉਂਦੇ ਆ ਕੋਈ ਨਿਊ ਬਲੌਕ ਤੁਹਾਡੇ ਵਾਸਤੇ ਤੁਸੀਂ ਕਰਦੇ ਰਹੋ ਵੀ ਉਹਦਾ ਇੰਜੋਏ ਅਗਿਆ ਇਹ ਆ ਗਈ ਜੀ ਕੋ ਹੌਟ 터ਨਲ ਤੇ ਆਪਾਂ ਹੁਣ ਹੁਣ 터ਨਲ ਚ ਐਂਟਰ ਇਹ ਸਾਰੀਆਂ 터ਨਲਾਂ ਜੋ ਵੀ ਹੈਗੀਆਂ ਇਹ ਸਾਰੀਆਂ ਮਾਊਂਟੇਨ ਦੇ ਵਿੱਚ ਬਣੀ ਹੋਈਆਂ ਉੱਪਰ ਮਾਊਂਟੇਨ ਹੈ ਥੱਲੇ 터ਨਲ ਹੈ ਤੇ ਆਪਾਂ ਹੁਣ ਟਨਲ ਵਿੱਚ ਜਾ ਰਹੇ ਆ ਤੇ ਇਹ ਲੰਬੀ ਟਨਲ ਹੈ ਕਾਫੀ ਤੇ ਆਪਾਂ ਹੁਣ ਟਨਲ ਤੋਂ ਅੱਗੇ ਜੇ ਬਾਹਰ ਤੁਸੀਂ ਸਾਹਮਣੇ ਦੇਖੋ ਥੀਓ ਮਾਊਂਟੇਨਸ ਦਾ ਰੋਡ ਤੇ ਮਿਲਣ ਲੱਗਿਆ ਜੀ ਆਪਾਂ ਨੂੰ ਹੁਣ ਟ੍ਰੈਫਿਕ ਕਿਉਂਕਿ ਹੁਣ ਸਵੇਰ ਦੇ ਵਜੇ ਜਾਈਂ 7 ਤੇ ਲੋਕ ਸਾਰੇ ਹੁਣ ਕੰਮਾਂ ਕਰਾਂ ਤੇ ਜਾਣ ਵਾਲੇ ਹੋਗੇ ਤੇ ਹੁਣ ਟਰੱਕ ਪਟਾਕਿੰਗ ਵਗੈਰਾ ਹੁਣ ਮੇਨ ਮੇਨ ਹੀ ਦਿਖਣੀ ਆਪਾਂ ਨੂੰ ਕਿ ਜਿਆਦਾ ਟਰਕਿੰਗ ਜਿਹੜੇ ਟੂਰ ਹੁੰਦੇ ਆ ਨਾਈਟ ਨੂੰ ਚੱਲਦੇ ਆ ਬਸ ਹੁਣ ਬੇਸਿਕਲੀ ਥੋੜੇ ਮੋੜਾ ਟਰੱਕ ਮਿਲਨੇ ਆਪਾਂ ਰੋਡ ਤੇ ਹੁਣ ਜਿਆਦਾ ਆਪਾਂ ਨੂੰ ਗੱਡੀਆਂ ਗੁੱਡੀਆਂ ਦੇਖਣ ਨੂੰ ਮਿਲਣੀਆਂ ਕਿਉਂ ਲੋਕ ਹੁਣ ਕਮਾ ਕਰ ਵਾਲੇ ਲੋਕ ਨਿਕਲ ਗਏ ਹੁਣੇ ਆਫਿਸ ਵਾਲੇ ਲੋਕ ਹੁਣ ਆਪਣੀ ਜਾ ਰਹੇ ਆ ਆਫਿਸ ਤੇ ਆਪਣਾ ਕੰਮ ਹੁੰਦਾ ਨਾਈਟ ਦਾ ਤੇ ਆਪਾਂ ਆਪਣੀ ਸ਼ਿਫਟ ਲਗਾ ਕੇ ਆਪਾਂ ਜਾ ਰਹੇ ਆ ਵਾਪਸ ਹੀ ਘਰ ਤੇ ਆਪਣਾ ਹੁਣ ਲੋਡ ਛੱਡ ਕੇ ਕੰਪਨੀ ਟਰੱਕ ਲਗਾ ਕੇ ਆ ਗਏ ਜੀ ਆਪਾਂ ਹੁਣ ਆਪਣੀ ਸਿਟੀ ਤੇ ਕੰਪਨੀ ਦੇ ਕੋਲ ਪਹੁੰਚਣੇ ਆਲੇ ਆ ਜੀ ਆਪਾਂ ਹੁਣ ਆਪਾਂ ਕੰਪਨੀ 'ਚ ਜਾ ਕੇ ਆਪਣਾ ਟਰੱਕ پارک ਕਰਕੇ ਫਿਰ ਚੱਲਦੇ ਆਪਾਂ ਜੀ ਘਰ ਨੂੰ ਕਰਦੇ ਆ ਜੀ ਆਪਾਂ ਜਾ ਕੇ ਰੈਸਟ ਤੇ ਇਹ ਬਲੌਕ ਹੋ ਗਿਆ ਕਾਫੀ ਲੰਬਾ ਜੀ ਇਹ ਬਲੌਕ ਤੁਹਾਨੂੰ ਕਿੱਦਾਂ ਲੱਗਿਆ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਗੇ ਨਿਊ ਬਲੌਗ ਤੇ ਇਸ ਬਲੌਗ ਦੀ ਕਰਦੇ ਆਂ ਜੀ ਆਪਾਂ ਇੱਥੇ ਐਂਡਿੰਗ ਤੇ ਮਿਲਦੇ ਆਂ ਆਪਾਂ ਨਿਊ ਬਲੌਗ 'ਚ ਥੈਂਕ ਯੂ ਸੋ ਮਚ ਤੁਹਾਡਾ ਮੇਰੇ ਬਲੌਗ ਦੇਖਣ ਲਈ ਚਲੋ ਜੀ ਮਿਲਦੇ ਆਂ ਜੀ ਆਪਾਂ ਨੈਕਸਟ ਬਲੌਗ ਬਾਏ ਟੇਕ ਕੇਅਰ